ਤੁਸੀਂ ਦੇਖ ਰਹੇ ਹੋ ਦੇਸ ਪ੍ਰਦੇਸ ਟੀਵੀ ਤੇ ਮੈਂ ਰਾਸਿਬ ਕੌਰ। ਟੋਕੀਓ 올림픽ਸ ਦੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸੁਨਹਿਰੀ ਇਤਿਹਾਸ ਸਿਰਜ ਦਿੱਤਾ ਹੈ। 41 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਦੀ ਝੋਲੀ ਕਾਂਸੇ ਦਾ ਤਗਮਾ ਪਿਆ ਹੈ ਅਤੇ ਇਸ ਮੌਕੇ ਤੇ ਪੂਰੇ ਦੇਸ਼ ਵੱਲੋਂ ਭਾਰਤੀ ਹਾਕੀ ਟੀਮ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਇਨ੍ਹਾਂ ਹਾਕੀ ਖਿਡਾਰੀਆਂ ਦੇ ਘਰਾਂ ਅਤੇ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਜਸ਼ਨ ਦਾ ਮਾਹੌਲ ਬਣ ਗਿਆ ਹੈ। ਦੱਸਦੇ ਕਿ ਇਸ ਤੋਂ ਪਹਿਲਾਂ 1980 ਦੇ ਵਿੱਚ ਭਾਰਤੀ ਹਾਕੀ ਟੀਮ ਦੁਆਰਾ 올림픽 ਦੇ ਵਿੱਚ ਤਗਮਾ ਹਾਸਲ ਕੀਤਾ ਗਿਆ ਸੀ। ਉਸ ਤੋਂ ਬਾਅਦ ਹੁਣ 41 ਸਾਲਾਂ ਬਾਅਦ ਭਾਵੇਂ ਫਾਈਨਲਸ ਦੇ ਵਿੱਚ ਭਾਰਤੀ ਹਾਕੀ ਟੀਮ ਬੈਲਜੀਅਮ ਤੋਂ ਹਾਰ ਗਈ, ਪਰ ਉਸ ਤੋਂ ਬਾਅਦ ਜੋ ਕਾਂਸੇ ਤਗਮੇ ਦੇ ਲਈ ਜਰਮਨੀ ਦੇ ਨਾਲ ਮੈਚ ਸੀ ਉਸ ਦੇ ਵਿੱਚ ਭਾਰਤੀ ਹਾਕੀ ਟੀਮ ਨੇ 5-4 ਦੇ ਅੰਕ ਦੇ ਨਾਲ ਜਰਮਨੀ ਨੂੰ ਹਰਾ ਦਿੱਤਾ ਹੈ। ਇੱਥੇ ਦਿਲਚਸਪ ਗੱਲ ਇਹ ਹੈ ਕਿ ਦੂਜੇ ਕੁਆਟਰ ਤੱਕ ਭਾਰਤ 3-1 ਦੇ ਅੰਕ ਨਾਲ ਜਰਮਨੀ ਤੋਂ ਪਿੱਛੇ ਸੀ, ਪਰ ਇਸ ਤੋਂ ਬਾਅਦ ਅਗਲੇ ਕੁਆਟਰ ਦੇ ਵਿੱਚ ਭਾਰਤੀ ਟੀਮ ਇਸ ਤਰ੍ਹਾਂ ਵਾਪਸੀ ਕਰਦੀ ਹੈ ਕਿ ਲਗਾਤਾਰ 4 ਗੋਲ ਦਾਗ ਦਿੱਤੇ ਜਾਂਦੇ ਨੇ। ਜਿਸ ਤੋਂ ਬਾਅਦ ਜਦ ਹਾਕੀ ਮੁਕਾਬਲੇ ਦੇ ਵਿੱਚ ਤੀਜੇ ਕੁਆਟਰ ਤੱਕ ਮੁਕਾਬਲਾ ਪਹੁੰਚਦਾ ਹੈ ਤਾਂ ਭਾਰਤ ਪਹਿਲਾਂ ਹੀ ਜਰਮਨੀ ਤੋਂ 2 ਅੰਕਾਂ ਦੇ ਨਾਲ ਅੱਗੇ ਸੀ। ਜਿਸ ਤੋਂ ਬਾਅਦ ਚੌਥੇ ਕੁਆਟਰ ਦੇ ਵਿੱਚ ਜਰਮਨੀ ਦੁਆਰਾ ਭਾਵੇਂ 1 ਗੋਲ ਕੀਤਾ ਜਾਂਦਾ ਹੈ, ਪਰ ਫਿਰ ਵੀ ਭਾਰਤ ਦੀ ਬੜਤ ਬਰਕਰਾਰ ਰਹਿੰਦੀ ਹੈ ਅਤੇ ਕਾਂਸੀ ਦਾ ਤਗਮਾ ਭਾਰਤੀ ਟੀਮ ਦੇ ਹਿੱਸੇ ਆ ਜਾਂਦਾ ਹੈ। ਭਾਰਤੀ ਹਾਕੀ ਟੀਮ ਦੇ ਵਿੱਚ ਸਿਮਰਨਜੀਤ ਸਿੰਘ ਨੇ 2 ਗੋਲ ਕੀਤੇ, ਜਦਕਿ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਹਰਪਿੰਦਰਪਾਲ ਸਿੰਘ ਦੁਆਰਾ 1-1 ਗੋਲ ਮੁਕਾਬਲੇ ਦੇ ਵਿੱਚ ਕੀਤਾ ਗਿਆ। ਅੱਜ ਸਮੁੱਚੀ ਟੀਮ ਦੀ ਮਿਹਨਤ ਅੱਜ ਦੇਸ਼ ਦੇ ਲਈ ਰੰਗ ਲਿਆਈ ਹੈ ਅਤੇ ਹਾਕੀ ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤੀ ਹਾਕੀ ਟੀਮ ਨੇ ਸੁਨਹਿਰੀ ਇਤਿਹਾਸ ਸਿਰਜ ਦਿੱਤਾ ਹੈ। ਦੱਸਦੀ ਕਿ ਸਮੁੱਚੇ 올림픽 ਇਤਿਹਾਸ ਦੇ ਵਿੱਚ ਭਾਰਤ ਦੁਆਰਾ ਇਹ 12ਵਾਂ ਹਾਕੀ ਮੈਡਲ ਹੈ। ਇਸ ਤੋਂ ਪਹਿਲਾਂ 1928, 1932, 1936, 1948, 1952, 1964 ਅਤੇ 1980 ਦੇ ਵਿੱਚ ਭਾਰਤੀ ਹਾਕੀ ਟੀਮ ਨੇ ਗੋਲਡ ਮੈਡਲ ਜਿੱਤਿਆ ਸੀ। 1960 ਦੇ ਵਿੱਚ ਭਾਰਤੀ ਹਾਕੀ ਟੀਮ ਸਿਲਵਰ ਮੈਡਲ ਜਿੱਤਦੀ ਹੈ ਅਤੇ ਉਸ ਤੋਂ ਬਾਅਦ 1968, 1972 ਅਤੇ ਹੁਣ ਟੋਕੀਓ 올림픽 2020 ਦੇ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਆਪਣੀ ਝੋਲੀ ਪਵਾਇਆ ਹੈ। 올림픽 ਦੇ ਇਤਿਹਾਸ ਦੇ ਵਿੱਚ ਹੁਣ ਤੱਕ ਭਾਰਤ ਨੇ 8 ਸੋਨੇ ਦੇ ਅਤੇ 1 ਚਾਂਦੀ ਦਾ ਤਗਮਾ ਵੀ ਜਿੱਤਿਆ ਹੈ। ਦੇਸ਼ ਭਰ ਦੇ ਵਿੱਚ ਖਿਡਾਰੀਆਂ ਅਤੇ ਸਿਆਸੀ ਸ਼ਖਸੀਅਤਾਂ ਦੁਆਰਾ ਇਸ ਇਤਿਹਾਸਿਕ ਮੌਕੇ ਤੇ ਹਾਕੀ ਟੀਮ ਨੂੰ ਵਧਾਈ ਦਿੱਤੀ ਜਾ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਦੇ ਜ਼ਰੀਏ ਆਖਿਆ ਹੈ ਕਿ ਇਹ ਦਿਨ ਇਤਿਹਾਸਿਕ ਹੈ ਅਤੇ ਇਹ ਦਿਨ ਭਾਰਤੀ ਲੋਕਾਂ ਦੀ ਯਾਦ ਦੇ ਵਿੱਚ ਸਦਾ ਹੀ ਵਸਦਾ ਰਹੇਗਾ। ਉਹਨਾਂ ਲਿਖਿਆ ਕਿ ਮੈਂ ਭਾਰਤੀ ਹਾਕੀ ਟੀਮ ਨੂੰ ਕਾਂਸੀ ਦਾ ਤਗਮਾ ਜਿੱਤਣ ਤੇ ਵਧਾਈ ਦਿੰਦਾ ਹਾਂ। ਇਸ ਮੁਕਾਬਲੇ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਸਾਰੇ ਦੇਸ਼ ਨੂੰ ਆਪਣੇ ਵੱਲ ਖਿੱਚਿਆ, ਖਾਸ ਕਰਕੇ ਨੌਜਵਾਨੀ ਨੂੰ। ਭਾਰਤ ਨੂੰ ਆਪਣੀ ਹਾਕੀ ਟੀਮ 'ਤੇ ਮਾਣ ਹੈ। ਪੰਜਾਬ ਦੇ ਨੌਜਵਾਨਾਂ ਦੁਆਰਾ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਹਾਕੀ ਟੀਮ ਦੇ ਵਿੱਚ ਅਤੇ ਇਸ ਮੁਕਾਬਲੇ ਦੇ ਵਿੱਚ ਕੀਤਾ ਗਿਆ, ਉਸ ਦੀ ਵੀ ਸ਼ਲਾਘਾ ਹਰ ਪਾਸੇ ਕੀਤੀ ਜਾ ਰਹੀ ਹੈ। ਪੰਜਾਬ ਵਾਸੀਆਂ, ਖਾਸ ਤੌਰ 'ਤੇ ਹਾਕੀ ਖਿਡਾਰੀਆਂ ਦੇ ਪਰਿਵਾਰਾਂ ਅਤੇ ਪਿੰਡਾਂ ਦੇ ਵਿੱਚ ਖੁਸ਼ਨੁਮਾ ਮਾਹੌਲ ਬਣ ਗਿਆ ਹੈ। ਇੱਥੇ ਜੇਕਰ ਮੈਚ ਦੀ ਗੱਲ ਵਿਸਥਾਰ ਦੇ ਨਾਲ ਕਰੀਏ ਤਾਂ ਮੈਚ ਦੀ ਸ਼ੁਰੂਆਤ ਦੇ ਸਿਰਫ 2 ਮਿੰਟਾਂ ਦੇ ਬਾਅਦ ਹੀ ਜਰਮਨੀ ਨੇ ਗੋਲ ਕਰਕੇ ਭਾਰਤ ਦੇ ਉੱਪਰ ਬੜਤ ਬਣਾ ਲਈ ਸੀ। ਪਹਿਲੇ 15 ਮਿੰਟਾਂ ਦੀ ਖੇਡ ਤੋਂ ਬਾਅਦ ਜਰਮਨੀ 1-0 ਦੇ ਨਾਲ ਅੱਗੇ ਸੀ, ਪਰ ਫਿਰ ਭਾਰਤ ਨੇ ਪਿਛਲੇ ਕੁਝ ਮਿੰਟਾਂ ਦੇ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਪਰ ਇਸ ਤੋਂ ਬਾਅਦ ਭਾਰਤੀ ਟੀਮ ਨੇ ਵੀ ਜਰਮਨੀ ਨੂੰ 1 ਵੀ ਗੋਲ ਨਾ ਕਰਨ ਦਿੱਤਾ। ਉਸ ਤੋਂ ਬਾਅਦ 1 ਗੋਲ ਫਿਰ ਤੋਂ ਜਰਮਨੀ ਦੁਆਰਾ ਕਰ ਦਿੱਤਾ ਜਾਂਦਾ ਹੈ ਅਤੇ ਸ਼ਾਨਦਾਰ ਵਾਪਸੀ ਕਰਦੇ ਹੋਏ ਜਰਮਨੀ ਦੀ ਟੀਮ ਭਾਰਤ ਦੇ ਉੱਪਰ 2-1 ਦੀ ਬੜਤ ਬਣਾ ਲੈਂਦੀ ਹੈ। ਦੂਜੀ ਤਿਮਾਹੀ ਦੀ ਸਮਾਪਤੀ ਤੋਂ ਪਹਿਲਾਂ ਹੀ ਜਰਮਨੀ 3-1 ਦੇ ਨਾਲ ਭਾਰਤ ਤੋਂ ਅੱਗੇ ਹੋ ਜਾਂਦਾ ਹੈ। ਸਭ ਤੋਂ ਰੋਮਾਂਚਕ ਮਾਹੌਲ ਉਸ ਸਮੇਂ ਬਣਦਾ ਹੈ ਜਦੋਂ ਭਾਰਤੀ ਹਾਕੀ ਟੀਮ ਵੱਲੋਂ ਦੂਜੇ ਕੁਆਟਰ ਦੇ ਵਿੱਚ ਗੋਲਾਂ ਦੀ ਬਾਰਿਸ਼ ਕਰ ਦਿੱਤੀ ਜਾਂਦੀ ਹੈ। ਭਾਰਤੀ ਹਾਕੀ ਟੀਮ ਨੇ ਇਸ ਸਮੇਂ 3 ਗੋਲ ਕੀਤੇ। ਤੀਜੇ ਕੁਆਟਰ ਦੀ ਸ਼ੁਰੂਆਤ ਦੇ ਵਿੱਚ ਰੁਪਿੰਦਰਪਾਲ ਸਿੰਘ ਗੋਲ ਕਰਦਾ ਹੈ ਅਤੇ ਭਾਰਤ ਨੂੰ ਹੁਣ 4-3 ਦੀ ਬੜਤ ਮਿਲ ਜਾਂਦੀ ਹੈ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਦਾ 5ਵਾਂ ਗੋਲ ਅਤੇ ਭਾਰਤੀ ਟੀਮ ਦੇ ਹਿੱਸੇ 5 ਗੋਲ ਅਤੇ ਜਰਮਨੀ ਦੇ ਹਿੱਸੇ ਹੁਣ 3 ਗੋਲ ਰਹਿ ਜਾਂਦੇ ਨੇ। ਚੌਥੇ ਕੁਆਟਰ ਦੀ ਸ਼ੁਰੂਆਤ ਦੇ ਵਿੱਚ ਜਰਮਨੀ ਆਪਣਾ 4ਵਾਂ ਗੋਲ ਕਰਦਾ ਹੈ, ਪਰ ਇਸ ਤੋਂ ਬਾਅਦ ਜਰਮਨੀ ਕੋਈ ਵੀ ਹੋਰ ਗੋਲ ਨਹੀਂ ਕਰ ਪਾਉਂਦਾ ਅਤੇ 5-4 ਦੇ ਨਾਲ ਭਾਰਤੀ ਹਾਕੀ ਟੀਮ ਜਰਮਨੀ ਤੋਂ ਜਿੱਤ ਹਾਸਲ ਕਰ ਲੈਂਦੀ ਹੈ। ਦੱਸਦੇ ਕਿ ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ ਦੇ ਵਿੱਚ ਵਿਸ਼ਵ ਚੈਂਪੀਅਨ ਬੈਲਜੀਅਮ ਨੇ 5-2 ਦੇ ਅੰਕ ਦੇ ਨਾਲ ਹਰਾ ਦਿੱਤਾ ਸੀ ਅਤੇ ਇਸ ਤੋਂ ਬਾਅਦ ਹੀ ਕਾਂਸੀ ਦੇ ਤਗਮੇ ਦੇ ਲਈ ਭਾਰਤੀ ਹਾਕੀ ਟੀਮ ਨੇ ਜਰਮਨੀ ਦੇ ਨਾਲ ਇਹ ਮੈਚ ਖੇਡਿਆ, ਜਿਸ ਦੇ ਵਿੱਚ ਬੜਾ ਹੀ ਰੋਮਾਂਚਕ ਸਫ਼ਰ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਹੁਣ ਭਾਰਤੀ ਹਾਕੀ ਟੀਮ ਕਾਂਸੀ ਦਾ ਤਗਮਾ ਲੈ ਕੇ ਭਾਰਤ ਦੇ ਵਿੱਚ ਜਲਦ ਹੀ ਆਵੇਗੀ। ਇਸ ਦੇ ਨਾਲ ਹੀ ਦੂਸਰੇ ਪਾਸੇ ਭਾਰਤੀ ਮਹਿਲਾ ਹਾਕੀ ਟੀਮ 'ਤੇ ਵੀ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਨੇ, ਕਿਉਂਕਿ ਅਰਜਨਟੀਨਾ ਦੇ ਨਾਲ ਜੋ ਭਾਰਤੀ ਮਹਿਲਾ ਹਾਕੀ ਟੀਮ ਦਾ ਮੈਚ ਸੀ ਉਸ ਦੇ ਵਿੱਚ ਭਾਰਤ ਦੀ ਹਾਰ ਹੋਈ ਹੈ, ਪਰ ਹੁਣ ਭਾਰਤੀ ਮਹਿਲਾ ਹਾਕੀ ਟੀਮ ਵੀ ਕਾਂਸੀ ਦੇ ਤਗਮੇ ਦੇ ਲਈ ਟੋਕੀਓ 올림픽ਸ ਦੇ ਵਿੱਚ ਖੇਡੇਗੀ। ਇਸ ਖਬਰ ਦੇ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ ਦੇਸ਼ ਪ੍ਰਦੇਸ਼ ਟੀਵੀ। ਧੰਨਵਾਦ।